समान खाने मेरे पल्ले पे ऋतिक मेरा फुल कट गया लो गाइस पहुंच चुके हैं जी आप वाटर पार्क उदो भी इदा ही सेम लास्ट ब्लॉग भी वेखे वाडा उदो भी इदा ही अज उधर भी खुल गया यू कपल बन के चल जाएंगे मैं ते बानू ते तू ते अर्जुन ऋतिक छड़ा क्या करो गाइस धाने भी एटलैस पहले इधर नहीं सीगा हूँ इधर भी आ खुल चुके है एंडलैस व्यू लगन डे कैंट हूँ आप पजामे कैपरी टी शर्ट्स लै लिए तो फिर ना कैपरी टी शर्ट लैन लगे हैं तो असी अंदर चल जाने ओके गाइस वस्त्र चेंज करके फिर मिलते हैं तुम कपड़े लै चुके हैं अंश भाने अपनी टी शर्ट भी मान ली है मेरी पिछली बार येलो पाए ऐत की ग्रीन सत श्री अकाल जी स्वागत स्वागत करें क्यूट गुड़िया आ चुके हैं अपनी नहाने वाले लोग पिछली बार साढ़ा येलो नहीं की सी पिछली बार लगे ना कलर येलो पिछली बार येलो कलर थी तो हूँ आप ग्रीन कलर एंड लैस बने रहो ब्लॉग ना आप बाहर जाके मिलते बाहर थले पास कटिया समान खाने मेरे पल्ले पे ओए आवी भरा आवी सांभ आवी मेन होया मेन चीज पैसे पहुंच चुके हैं जी एंडलैस नजारे ओए होए है न्यू खुलिया या पिछले लास्ट जो लास्ट बार टाइम आए थे उदो है नहीं सीगा न्यू ही खुलिया हाले क्या बात है जी आए आइयो नजारे आ रहे ने पानी चलिए पानी
ਰਿਤਿਕ ਭਾ ਪਹਿਲੇ ਨੰਬਰ ਤੇ ਆਉਗੇ ਫੋਨ ਲੈ ਕੇ ਸੋ ਗਾਇਸ ਫਿਰ ਆਏਗਾ ਸਕੂਲ ਫਿਰ ਆਏਗਾ ਸਕੂਲ ਆਪਣਾ ਚੋਜ਼ਾ ਸੋ ਗਾਇਸ ਮਿਲਦੇ ਆ ਆਪਾਂ ਤੁਹਾਨੂੰ ਉੱਪਰ ਜਾ ਕੇ ਐਲਫੀ ਟਾਵਰ ਤੇ ਆਰਸ ਟਾਵਰ ਤੇ ਓਕੇ ਬਾਏ ਹਾਂਜੀ ਗਾਇਸ ਬਾਈ ਪਾਜੀ ਸਟੀਅਰਿੰਗ ਥੋੜਾ ਸਿੱਧਾ ਕਰਿਓ अर्जुन बांधू जी हाँ जी मानव जी बहुत याद आ रहा है यहाँ पे मई महीने आए हैं तो कुछ प्राप्त करके गए सी मेरा बर्थडे ही उदो आप नजारे लते बहुत ही मजा आया अब की बारी बर्थडे पार्टी और किते पार्टी कर रही इवनी बुक करा लेना सारा कुछ देखा है पंजे चाहिए बड़े चला ही हाँ बड़े नजारे आ रहे गाइस ते अपन ना थोड़ी
ਫੋਟੋਆਂ ਖੇਚਦੀਆਂ ਤੇ ਲਾਸਟ ਟਾਈਮ ਨਾ ਮੇਰੀ ਤੇ ਰਾਗਵ ਦੀ ਕਲਿੱਕ ਹੋ ਗਈ ਸੀ ਤੇ ਆ ਇਹਨਾਂ ਨੇ ਮੂੰਹ ਫੁਲਾਇਆ ਸੀ ਫੇਰ ਖੇਚ ਲਾਂਗੇ ਆਪਾਂ ਗਾਈਸ ਨਜ਼ਾਰੇ ਹੀ ਗਏ ਤੇ ਹੋਰ ਕੁਛ ਨਹੀਂ ਆ ਪੈਸੇ ਵਸੂਲ ਹੈਗੇ ਜੀ ਠੀਕ ਹੈ ਜੇ ਤੁਸੀਂ ਨਜ਼ਾਰੇ ਲੈਣੇ ਆ ਤੇ ਆ ਸਕਦੇ ਹੋ ਓਨਲੀ ਫੋਰ 1600 ਜੇ ਫਰੀ ਵਾਲਾ ਲੈਣਾ ਤੇ ਅੱਗੇ ਪਾਸ ਨਹੀਂ ਤੇ 1500 ਹੀ ਆ ਨਹੀਂ ਤੇ 1500 ਇੱਕ ਵਾਰੀ ਖਾਣ ਪੀਣ ਦੇ 100 ਰੁਪਏ ਵੱਧ ਦੇ ਅਗਲੀ ਵਾਰੀ ਫਰੀ ਆ ਜਾਓਗੇ ਦੂਜੀ ਵਾਰੀ ਬਸ ਕੋੜੋ ਕੀ ਜਾਣੀ ਜੀ ਇੱਕ ਵੇ ਦੋਖ ਨਹੀਂ ਮਾਣੇ ਡੰਡ ਪਾਰਟੀ ਐਂਟੀ ਪਾਰਟੀ ਇਹਨਾਂ ਤਿੰਨਾਂ ਦੀ ਫੋਟੋ ਨਹੀਂ ਹੋਈ ਲਾਸਟ ਟਾਈਮ ਰੁਸ ਗਿਆ ਵਿਚਾਰਾ ਹਾਏ ਗਰਮੀ ਹਾਏ ਗਰਮੀ ਸੋ ਲੋ ਗਾਇਸ ਕਿੰਨਾ ਤੋਂ ਵਿੱਚ ਓਏ ਰਿਤਿਕ ਰਿਤਿਕ ਮੇਰੇ ਕੋਲ ਟੀ ਸ਼ਰਟ ਮੰਗਣ ਡਿਆ ਸਿੰਪਲ ਭੁੱਖ ਜੀ ਲੱਗ ਗਈ ਆ ਇਸ ਕਰਕੇ ਹੁਣ ਅਸੀਂ ਖਾਣ ਲੱਗੇ ਹਾਂ ਕੁਛ ਰੋਟੀ ਪਾਣੀ ਤੁਹਾਨੂੰ ਪਤਾ ਐਂਡਲੈਸ ਹੈਗਾ ਇੱਥੇ ਦਾ ਮੈਂ ਬਾਰ ਬਾਰ ਕਹਿ ਰਿਹਾ ਵਿਜਿਟ ਜ਼ਰੂਰ ਕਰੋ ਇੱਥੇ ਕਿੱਦਾਂ ਨਹੀਂ ਆਪ ਆਪਣੇ ਸਿਆਣੇ ਆ ਕਹਿ ਕੇ ਨਾ ਤੂੰ ਮੈਨੂੰ ਧਰਮ ਨਾ ਮੈਂ ਹੁਣ ਤੈਨੂੰ ਬਣਾਉਣਾ ਆ ਬੈਗ ਚ ਹੀ ਆ ਸਾਰਾ ਕੁਛ ਇੱਧਰ ਆ ਪਾਸ ਫੜੀ ਅੱਲਾ ਸਵਾਨ ਜੀ ਗਾਈਸ ਕੀ ਹਾਲ ਚਾਲ ਜੇ ਆਹ ਪਹਿਲੇ ਆਪਾਂ ਇੱਧਰ ਘੁੰਮਣ ਡੇ ਦੂਜੇ ਕੱਪੜਿਆਂ ਨਾਲ ਹੁਣ ਅਸੀਂ ਇੱਧਰੋਂ ਦੀ ਆਏ ਹਾਂ ਇੱਧਰੋਂ ਦੇ ਖਾਣ ਪੀਣ ਵਾਲਾ ਮਾਹੌਲ ਆ ਨਾ ਇਸ ਕਰਕੇ ਤੇ ਹੁਣ ਸੱਚ ਮੈਂ ਸ਼ੀਸ਼ਾ ਕਿਤੇ ਆ ਇੱਧਰ ਤੇ ਹੁਣ ਅਸੀਂ ਖਾਣ ਲੱਗੇ ਆ ਕੁਛ ਰੋਟੀ ਪਾਣੀ ਕੁਛ ਖਾ ਲਈਏ ਫਿਰ ਆਪਾਂ ਕਰਦੇ ਗੱਲਬਾਤ ਤੇ ਫਿਰ ਕੀ ਹੋ ਗਿਆ ਓਕੇ ਗਾਈਸ ਬਾਏ ਬਾਏ ਐਂਡ ਸੀ ਯੂ ਟਾਟਾ ਸੈਲਡ ਪਾਇਓ ਮੇਰੇ ਸੈਲਡ ਪਾ ਦੇ ਪਿਆਜ਼ ਪਾਇਓ ਯਾਰ ਤੂੰ ਇਹ ਪਾ ਦੋ ਯਾਰ ਦਹੀਂ ਪਾ ਦੇ ਬਸ ਅੱਗੋ ਰਾਈਸ ਮੈਂ ਮੰਨ ਲਓ ਸਾਡੀਆਂ ਪੰਜ ਪੱਲੇ ਲੱਗੇ ਮੇਰਾ ਫੁਲਕਾ ਉੱਡ ਗਿਆ ਮੈਂ ਗਾਈਸ ਇੱਥੇ ਨਾ ਪਾਸਤਾ ਖਾਧਾ ਵਾ ਮਨਚੂਰੀਅਨ ਤੇ ਮਟਰ ਪਨੀਰ ਇੱਧਰ ਵੇਖੋ ਮੇਰਾ ਫੁਲਕਾ ਉੱਡ ਗਿਆ ਓਕੇ ਗਾਈਸ ਖਾ ਕੇ ਗੱਲ ਕਰਦੇ ਸਵਾਨ ਜੀ ਮੇਰੇ ਵੀ ਉਹ ਰੋਟੀ ਪਾਣੀ ਖਾ ਕੇ ਫ੍ਰੀ ਹੋ ਗਏ ਆ ਟੇਬਲ ਵੇਖ ਲਓ ਇੱਥੇ ਐਂਡਲੈਸ ਲੱਗੇ ਹਾਲਾ ਮੇਰਾ ਇੱਕ ਓਰੀਓ ਸ਼ੇਕ ਤੇਰਾ ਇੱਕ ਸਟ੍ਰਾਬੇਰੀ ਸ਼ੇਕ ਕੋਲਡ ਕੌਫੀ ਭਾਵੇਂ ਕੋਲਡ ਕੌਫੀ ਠੰਡੀ ਕੌਫੀ ਕੀ ਉਹ ਵੀ ਕੀ ਸਵਾਦ ਯਾਰ ਮਜ਼ਾ ਵਾ ਆਪਣਾ ਮਜ਼ਾ ਦਾ ਲੋ ਗਾਈਸ ਆਪਾਂ ਹੁਣ ਮਤਲਬ ਕਿ ਖਾ ਪੀ ਲਿਆ ਆ ਮਤਲਬ ਪੀਣ ਲੱਗੇ ਹਾਂ ਖਾ ਤੇ ਲਿਆ ਆ ਉਹ ਮੇਰੇ ਲਈ ਸਪੈਸ਼ਲ ਟੇਬਲ ਇਹਦੀ ਕੀ ਲੋੜ ਸੀ ਸੋ ਗਾਈਸ ਮੈਂ ਆਪਣਾ ਔਡਰ ਦੇ ਆਇਆ ਮੈਂ ਕਿਹਾ ਮੈਂ ਪੀਣੀ ਆ ਜੀ ਓਰੀਓ ਸ਼ੇਕ ਪੀਣਾ ਆ ਮਤਲਬ ਕਿ ਇੱਥੇ ਨਾ ਬਹੁਤ ਵਧੀਆ ਨਜ਼ਾਰੇ ਆ ਇੱਥੇ ਤੁਸੀਂ ਭੁੱਖੇ ਨਹੀਂ ਮਰ ਸਕਦੇ ਨਜ਼ਾਰੇ ਵੀ ਫੁੱਲ ਆ ਅਤੇ ਐਂਡਲੈਸ ਨਜ਼ਾਰੇ ਆ 1500 ਦੇ ਵਿੱਚ ਸਾਰਾ ਕੁਛ ਤੁਹਾਨੂੰ ਮਿਲਣ ਡਿਆ ਆ 1600 'ਚ ਤੁਹਾਨੂੰ ਫ੍ਰੀ ਮਿਲਣ ਡਿਆ ਆ
ਹੋਰ ਕੀ ਚਾਹੀਦਾ ਤੁਹਾਨੂੰ ਹੈ ਦੱਸੋ ਯਾਰ ਮੈਂ ਹਲੇ ਉੱਧਰ ਨਿਊ ਉੱਧਰ ਉਹ ਫਿਰ ਕੁਛ ਬਣਦਾ ਪਿਆ ਆ ਉਹ ਵੀ ਅਗਲੇ ਸਾਲ ਤੱਕ ਖੁੱਲ੍ਹ ਜਾਣਾ ਆ ਉਹ ਵੀ ਆਪਾਂ ਸ਼ਾਇਦ ਫਿਰ ਆਪਾਂ ਦੁਬਾਰਾ ਆਵਾਂਗੇ ਮਤਲਬ ਕਿ ਬਹੁਤ ਕੁਛ ਹਲੇ ਬਣਦਾ ਪਿਆ ਬਾਹਰ ਵੀ ਰੈਨੋਵੇਸ਼ਨ ਚੱਲਣ ਡੀ ਆ ਉੱਥੇ ਵੀ ਬਣਦਾ ਪਿਆ ਉਹ ਵੀ ਆਵੇ ਮਾਨਵ ਸ਼ੇਰ ਗਿੱਲ ਤੋਂ ਅਰਜੁਨ ਸ਼ੇਰ ਗਿੱਲ ਬਾਹਰਲੀ ਦੀਨ ਦੁਨੀਆ ਬਾਹਰਲੀ ਦੀਨ ਦੁਨੀਆ ਨਾਲੋਂ ਇੱਥੇ ਬੜਾ ਸਕੂਨ ਹੈਗਾ ਨਜ਼ਾਰੇ ਬਾਅਦ ਚੋਂ ਪੀਂਦੇ ਆ ਪਾਣੀ ਦੋਨਾਂ ਕਹਿਣ ਉੱਥੇ ਨਜ਼ਾਰੇ ਤੇ ਵੇਖੇ ਬਹਿ ਗਏ ਚਲੋ ਆਓ ਉੱਠੋ ਯਾਰ ਕਿੱਥੇ ਕਿੱਥੇ ਬੈਠਾ ਰਿਹਾ ਹੈ ਤੂੰ ਇੰਨਾ ਧਿਆਨ ਰੱਖੀ ਜਾਣ ਨਾ ਕਿਤੇ ਠੀਕ ਆ ਮੈਂ ਕੀ ਕਹਿੰਦੇ ਹਾਂ ਵਾ ਹਾਂ ਆਏ ਫਿਰ ਆਪਾਂ ਤੈਨੂੰ ਮੈਂ ਕੀ ਕਿਹਾ ਸ਼ਨੂ ਮੰਨੂ ਨੂੰ ਕਹਿਤਾ ਮੈਂ ਕਿਹੜਾ ਮੰਨੂ ਹਾਏ ਗਰਮੀ ਡਰ ਗਿਆ ਹੁਣ ਡਰ ਗਿਆ ਉਹਨਾਂ ਕੋਲ ਸਿੱਧਾ ਹੋ ਗਿਆ ਬੰਨ ਨਹੀਂ ਲੰਮੇ ਪਈ ਦਾ ਉੱਡ ਜਾ ਘਬਰਾਹਟ ਹੁੰਦੀ ਸੋ ਹਾਂਜੀ ਮੇਰੇ ਵੀਰੋ ਅਸੀਂ ਨਹਾ ਨਹੂ ਕੇ ਹੋ ਚੁੱਕੇ ਹਾਂ ਫਰੀ ਅਤੇ ਬਹੁਤ ਹੀ ਨਜ਼ਾਰੇ ਆ ਚੁੱਕੇ ਆ ਅਸੀਂ ਪਿੱਲ ਪੀਣ ਲੱਗੇ ਮੈਂ ਕਿਹਾ ਚਲੋ ਨਹਾ ਨਹੂ ਕੇ ਪੀਂਦੇ ਹਾਂ ਹਾਲੇ ਰੋਟੀ ਖਾਧੀ ਆ ਜਸਟ ਉਸ ਤੋਂ ਨਹੀਂ ਮਜ਼ਾ ਆਉਣਾ ਅਤੇ ਹੁਣ ਉਹ ਨਹਾਉਣ ਗਏ ਆ ਮੈਂ ਤਾਂ ਪਹਿਲੇ ਨਹਾ ਨਹੂ ਲਿਆ ਥਕਾਵਟ ਜੀ ਜ਼ਿਆਦਾ ਲੱਗਦੀ ਵੀ ਸਿਰ ਦਰਦ ਹੋਣ ਡਿਆ ਹੁਣ ਅਤੇ ਹੁਣ ਆਪਾਂ ਕੁਛ ਖਾ ਪੀ ਗਏ ਅਤੇ ਫਿਰ ਨਿਕਲੀਏ ਇੱਥੋਂ ਆਪਣੇ ਵਤਨ ਅੰਮ੍ਰਿਤਸਰ ਅਤੇ ਕਿਵੇਂ ਦਾ ਲੱਗਾ ਸਾਰਾ ਆਪਣਾ ਇਹ ਵਲੋਗ ਵੰਡਰਲੈਂਡ ਦਾ ਸੈਕਿੰਡ ਮਤਲਬ ਕਿ ਸੈਕਿੰਡ ਵਿਜ਼ਿਟ ਬੜੇ ਨਜ਼ਾਰੇ ਸਾਨੂੰ ਤਾਂ ਬਹੁਤ ਨਜ਼ਾਰੇ ਆਈ ਹੋਪ ਤੁਹਾਨੂੰ ਵੀ ਆਏ ਹੋਣਗੇ ਤੁਹਾਨੂੰ ਵੀ ਆਏ ਹੋਣੇ ਆ ਸਾਰੇ ਬੰਦੇ ਸਾਡੀ ਟੀਮ 'ਚ ਸਾਰੇ ਬੰਦੇ ਇੱਦਾਂ ਦੇ ਆ ਨਜ਼ਾਰੇ ਮਤਲਬ ਕਿ ਫਨੀ ਫਨ ਸ਼ਨ ਜਦੋਂ ਆਪਾਂ ਇਕੱਠੇ ਹੋਈਏ ਫਨ ਸ਼ਨ ਤਾਂ ਤੁਹਾਨੂੰ ਪਤਾ ਹੋਣਾ ਹੀ ਆ ਪਿਛਲੀ ਵਾਰੀ ਸਾਡੇ ਨਾਲ ਹਰਸ਼ ਵੀ ਆਇਆ ਉਹ ਵੀ ਇਸ ਵਾਰੀ ਨਹੀਂ ਆਇਆ ਉਹਨੇ ਜਨਮ ਅਸ਼ਟਮੀ ਦਾ ਕੋਈ ਪ੍ਰੋਗਰਾਮ ਕਰਨਾ ਇਸ ਕਰਕੇ ਬਿਜ਼ੀ ਸੀ ਤੋ ਆਪਾਂ ਉਹ ਆਉਂਦੇ ਤਾਂ ਫਿਰ ਆਪਾਂ ਤੁਹਾਨੂੰ ਉਹਨਾਂ ਨਾਲ ਮਿਲਾਉਂਦੇ ਹਾਂ ਉਦੋਂ ਤੱਕ ਆਪਾਂ ਕਰਦੇ ਹਾਂ ਬਾਏ ਬਾਏ ਅਤੇ ਕੁਛ ਡਰਿੰਕ ਵਗੈਰਾ ਕਰਕੇ ਅਤੇ ਫਿਰ ਚੱਲਦੇ ਹਾਂ ਵਾਪਸ ਘਰ ਹਾਂ ਹਾਂ ਸਰੀਰ ਦੁਖਣ ਡਿਆ ਹੁਣ ਓਕੇ ਬਾਏ ਗਾਈਸ ਮਿਲਦੇ ਹਾਂ ਆਪਾਂ ਤੁਹਾਨੂੰ ਗਾਈਸ ਉਹ ਆ ਚੁੱਕੇ ਆ ਆਪਣੇ ਵੀਰ ਭਰਾ ਨਹਾ ਨਹੂ ਕੇ ਫਰੈਸ਼ਨੈਸ ਕਰਕੇ ਆਪਣੀ ਪੂਰੀ ਤਰ੍ਹਾਂ ਬੰਦਾ ਬਹਿ ਬੂਹ ਜਾਵੇ ਆਉਂਦੇ ਹੀ ਇਹਨਾਂ ਨੂੰ ਪੀਣੀਆਂ ਪੈ ਜਾਂਦੀਆਂ ਕੁਛ ਨਾ ਕੁਛ ਹਲੇ ਰੋਟੀ ਡੱਪ ਕੇ ਘਟੇ ਆ ਹਾਂਜੀ ਮਹਾਰਾਜ ਕਿੱਥੇ ਲਓ ਜੀ ਭਾਈ ਹੁਣੀ ਓਰੀਓ ਸ਼ੇਕ ਤਿਆਰ ਕਰ ਰਹੇ ਨੇ ਮੇਰੇ ਵਾਸਤੇ ਐਂਡਲੈਸ ਵਾਲਾ ਕਿਆ ਬਾਤ ਹੈ ਓਏ ਹੋਏ ਫੜੇ ਹੋ ਜਾ ਕਿਆ ਬਾਤ ਹੈ ਓਏ ਹੋਏ ਆਈ ਲਵ ਯੂ ਅੰਕਲ ਜੀ ਭਾਈ ਜਾਨ ਭਾਜੀ ਗੁੱਸਾ ਨਾ ਕਰੋ ਉਸਤਾਦ ਜੀ ਇੱਦਾਂ ਦੇ ਗਏ ਆਪਾਂ ਲੋ ਗਾਈਸ ਮਾਈ ਓਰੀਓ ਸ਼ੇਕ ਮੇਰੀ ਗੱਲ ਸੁਣੋ ਉਸਤਾਦ ਜੀ ਇਹ ਥੋੜਾ ਜਿਹਾ ਪਾ ਕੇ ਭਰ ਦੋ ਹਾਂ ਹਾਂ ਇਹਨੂੰ ਭਰ ਕੇ ਤੇ ਟੱਕਰ ਲਾ ਦੇ ਕਹਿੰਦਾ ਗਲਾਸ ਭਰ ਦੋ ਮੇਰਾ ਬਾਬਾ ਅੱਡਾ ਕਿੰਨੇ ਕਿੰਨੇ ਸਾਲ ਗਿਆ ਹਾਂਜੀ ਗਾਈਸ ਬਾਹਰ ਅਸੀਂ ਆ ਗਏ ਹਾਂ
ਤੇ ਹੁਣ ਜਿਵੇਂ ਕਿ ਤੁਹਾਨੂੰ ਇਸੇ ਨੇ ਕਿਹਾ ਸੀ ਵੀ ਆਪਾਂ ਤੁਹਾਨੂੰ ਨਾ ਉਹ ਦਿਖਾਵਾਂਗੇ ਡਿਸਕੋ ਡਿਸਕੋ ਕਲੱਬ ਤੇ ਹੁਣ ਅਸੀਂ ਚੱਲੇ ਹਾਂ ਮੈਂ ਕਿਹਾ ਚਲੋ ਟਾਈਮ ਨਹੀਂ ਉਹ ਹੈਗਾ ਆ ਹਾਲੇ ਉਹਨਾਂ ਨੇ ਕਿਹਾ 5 ਵਜੇ ਖੁੱਲ ਜਾਣਾ ਆ ਟੀਚਰਾਂ ਦੀ ਵਿਜ਼ਿਟ ਸੀਗੀ ਚਲੋ 5 ਵਜੇ ਤੋਂ ਬਾਅਦ ਫਿਰ ਬੱਚਿਆਂ ਦੀ ਵਿਜ਼ਿਟ ਤੋ ਹੁਣ ਆਪਾਂ ਉੱਧਰ ਚੱਲੇ ਹਾਂ ਡਿਸਕੋ 'ਤੇ ਦੇਖਦੇ ਹਾਂ ਵੀ ਕਿੱਦਾਂ ਦਾ ਹੁੰਦਾ ਵਾ ਕਿੱਦਾਂ ਦਾ ਸਾਡਾ ਮਤਲਬ ਕਿ ਐਕਸਪੀਰੀਅੰਸ ਹੁੰਦਾ ਆਪਾਂ ਕਦੇ ਗਏ ਨਹੀਂ ਉੱਥੇ ਅੱਜ ਦੇਖਦੇ ਹਾਂ ਨਾਲ ਤੁਹਾਨੂੰ ਵੀ ਦਿਖਾਉਂਦੇ ਓਕੇ ਬਾਏ ਇਹ ਆ ਜੀ ਡਿਸਕੋ ਵਾਲਾ ਘਰਦਿਆਂ ਨੇ ਕਿਹਾ ਆ ਵੀ ਅਜੇ ਮਾਲਾ ਮੂੰਹ ਚ ਪਾਏਗਾ ਤੇ ਇਹਦੇ ਚਾਂਟਾ ਵੱਜਣਾ ਵਾ ਸੋ ਗਾਇਸ ਡਿਸਕੋ ਚ ਆ ਚੁੱਕੇ ਆ ਗੱਡੀ ਵਾਲਾ ਕਿਹਾ ਮੈਂ ਓਕੇ ਬਾਏ ਗਾਈਸ ਕਿੱਧਰ ਆਪਣੇ ਬੰਦੇ ਕਿੱਥੇ ਓਏ ਆਹੀ ਬਚਣਾ ਸਾਰਿਆਂ ਨੂੰ ਬਚਣਾ ਮੇਰਾ ਕੁਮਾਰ ਪਾ ਮਰਸੀਡੀਜ਼ ਬੜੀ ਓਏ ਕਹਿੰਦਾ ਮੇਰੇ ਵਾਲ ਘੁਮਾ ਓ ਤੇਰੀ ਰੇਸ ਦੇ ਸਾਲੇ ਤੈਨੂੰ ਫੇਰ ਜਲਦੀ ਆ ਓਏ ਆਪਣਾ ਇੱਧਰ ਨੂੰ ਘੁਮਾ ਗੱਡੀ ਹਾਂ ਘੁਮਾ ਘੁਮਾ ਚੜਦੇ ਚੜਦੇ ਤੇਰੀ ਛੱਡ ਬਣ 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 ਬਣ
ਉਧਰ ਘੁਮਾ ਕੇ ਲਿਆ ਇੱਕ ਮਿੰਟ ਆਇਓ ਵੀਰ ਜੀ ਸਾਰੇ ਉਧਰ ਆਓ ਆਇਆ ਮੇਰਾ ਵੀਰ ਆਇਆ ਕੁਛ ਨਹੀਂ ਬਚਿਆ ਅੰਦਰ ਕੋ ਆਇਆ ਪੈਟਰੋਲ ਖਤਮ ਹੋ ਗਿਆ ਓਏ ਪੈਟਰੋਲ ਖਤਮ ਹੋ ਗਿਆ ਆਇਆ ਪੈਟਰੋਲ ਖਤਮ ਪੈਟਰੋਲ ਐ ਆਪਣਾ ਵੀਰ ਕਿੱਥੋਂ ਆਇਆ ਵੀਰ ਹੈਂ ਜਲੰਧਰੋਂ ਆਇਆ ਅੱਛਾ ਚੰਗਾ ਵੀਰ ਜੀ ਚੱਲੇ ਅਸੀਂ ਘਰ ਨੂੰ ਫਿਰ ਓਕੇ ਗੁੱਡ ਬਾਏ ਹੁਣ ਵਾਪਸ ਜਾ ਰਹੇ ਹਾਂ ਜੀ ਆਪਾਂ ਸਟੇਸ਼ਨ ਅਤੇ ਹੁਣ ਅਸੀਂ ਸਟੇਸ਼ਨ ਜਾ ਰਹੇ ਹਾਂ ਅਤੇ ਉੱਥੇ ਮੇਰਾ ਹੋ ਗਿਆ ਗਲਾ ਖਰਾਬ ਮੈਂ ਨਹੀਂ ਕਰ ਦਿੰਦਾ ਮੇਰਾ ਹੋ ਗਿਆ ਗਲਾ ਖਰਾਬ ਆਪਾਂ ਪਹੁੰਚ ਚੁੱਕੇ ਹਾਂ ਸਟੇਸ਼ਨ 'ਤੇ ਭਾਵੇਂ ਟਿਕਟਾਂ ਲੈਣ ਚੱਲੇ ਆ Thank you.